ਕੈਦੀ ਚੋਣਾਂ ਦੇ ਲਈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾ ਕਰਾਉਣ ਲਈ ਦਿੱਤਾ ਆਈਡੀਓ ਸਾਹਿਬ ਨੂੰ। ਉਹਨਾਂ ਨੇ ਸਾਨੂੰ ਬਾਰ ਬਾਰ ਗੇੜੇ ਲਵਾਉਂਦੇ ਪਏ, ਅੱਜ ਡਾਕੂਮੈਂਟ ਲਿਆਓ, ਅੱਜ ਆਹ ਲਿਆਓ। ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ। ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸੰਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ, ਜਿਸ ਦੇ ਚਲਦਿਆਂ ਬਿਨਾਂ ਖੱਜਲ ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ। ਜਿਹੜੇ ਕਿ ਮੌਕੇ ਤੇ ਚਾਹੇ ਰਾਸ਼ਨ ਕਾਰਡ ਦੀ ਗੱਲ ਹੈ, ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਕਤਾਂ ਹੈਗੀ ਆ ਨਿੱਕੀਆਂ ਨਿੱਕੀਆਂ, ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਉਂਦੀ, ਉਹ ਇੱਥੇ ਈਜ਼ੀ ਹੋ ਜਾਂਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ, ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਪੰਜਾਬ ਬਿਲਕੁਲ ਤਿਆਰ ਹੈ। ਪੰਜਾਬ ਦੇ ਵਿੱਚ ਕੱਲ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ। ਅਸੀਂ ਇਸ ਵਕਤ ਅੰਮ੍ਰਿਤਸਰ ਦੇ ਮਾਈ ਭਾਗੋ ਪੋਲੀਟੈਕਨੀਕਲ ਕਾਲਜ ਦੇ ਵਿੱਚ ਮੌਜੂਦ ਹਾਂ, ਜਿੱਥੋਂ ਜਿਹੜੇ ਮਜੀਠਾ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ, ਇੱਥੇ ਜੋ ਪੋਲਿੰਗ ਹੋਣੀ ਹੈ ਉਸ ਦੀਆਂ ਪਾਰਟੀਆਂ ਰਵਾਨਾ ਹੋ ਰਹੀਆਂ ਨੇ। ਬਾਹਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਵਿਵਸਥਾ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹੈ, ਕੈਮਰਾ ਪਰਸਨ ਉਹ ਵੀ ਦਿਖਾ ਸਕਦੇ ਨੇ। ਇਸ ਤੋਂ ਇਲਾਵਾ ਪੋਲਿੰਗ ਪਾਰਟੀਆਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ, ਇਹ ਜਿਹੜੀਆਂ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਨੇ ਸਮਾਨ ਲੈ ਕੇ, ਬਾਕਸ ਲੈ ਕੇ, ਤਾਂ ਚੋਣ ਕਮਿਸ਼ਨ ਵੱਲੋਂ ਜੋ ਜੋ ਇਹਨਾਂ ਨੂੰ ਸਮਾਨ ਮੁਹੱਈਆ ਕਰਵਾਇਆ ਗਿਆ ਹੈ ਇਹ ਸਾਰਾ ਲੈ ਕੇ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਨੇ। ਅਸੀਂ ਗੱਲਬਾਤ ਵੀ ਕਰਾਂਗੇ ਨਾਲ ਨਾਲ ਜਾਂਦੇ ਜਾਂਦੇ। ਸਰ ਕੀ ਨਾਮ ਹੈ ਜੀ ਤੁਹਾਡਾ? ਜਗਜੀਤ ਸਿੰਘ ਜੀ। ਕਿਹੜੇ ਪਿੰਡ ਦੇ ਵਿੱਚ ਡਿਊਟੀ ਲੱਗੀ ਤੁਹਾਡੀ? ਸਾਡੀ ਇੱਧਰ ਹੈ ਮਜੀਠੇ ਹਲਕੇ 'ਚ। ਕਿਹੜਾ ਪਿੰਡ ਪੁੱਛ ਰਿਹਾ ਸੀ ਮੈਂ, ਪਿੰਡ ਦੱਸ ਦਿਓ। ਉੱਥੇ ਜਾ ਪਹੁੰਚ ਕੇ, ਅੱਛਾ ਉੱਥੇ ਪਹੁੰਚ ਕੇ ਤਾਂ ਸਾਰਾ ਸਮਾਨ ਮਿਲ ਗਿਆ ਜੀ? ਰਾਤ ਉੱਥੇ ਰਹੋਗੇ ਨਾ ਅੱਜ? ਹਾਂਜੀ ਹਾਂਜੀ। ਤਾਂ ਬਿਲਕੁਲ ਇਹ ਜਿਹੜੀਆਂ ਪੋਲਿੰਗ ਪਾਰਟੀਆਂ ਤੁਸੀਂ ਦੇਖ ਸਕਦੇ ਹੋ, ਵੱਖ ਵੱਖ ਜਿਹੜੇ ਵਿਧਾਨ ਸਭਾ ਹਲਕਿਆਂ ਦੇ ਵਾਈਜ਼ ਜਿਹੜੇ ਬਲੋਕ ਨੇ, ਬਲੋਕਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੇ ਲਈ ਜਿਹੜੀਆਂ ਬੱਸਾਂ ਦੀ ਵਿਵਸਥਾ ਚੋਣ ਕਮਿਸ਼ਨ ਨੇ ਕੀਤੀ ਹੈ। ਇਹਨਾਂ ਸਾਰਾ ਪੋਲਿੰਗ ਪਾਰਟੀਆਂ ਅੱਜ ਸ਼ਾਮ ਨੂੰ ਉੱਥੇ ਪਹੁੰਚ ਜਾਣਗੀਆਂ ਵੱਖ ਵੱਖ ਪਿੰਡਾਂ ਦੇ ਵਿੱਚ। ਮਾਈ ਭਾਗੋ ਸਰਕਾਰੀ ਬਹੁਤ ਤਕਨੀਕੀ ਕਾਲਜ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ। ਇੱਥੇ ਮਜੀਠਾ ਬਲੋਕ ਦੇ ਜਿਹੜੇ ਪਿੰਡ ਨੇ ਉੱਥੇ ਜਿਹੜੀ ਵੋਟਿੰਗ ਹੋਣੀ ਹੈ, ਉੱਥੇ ਬਹੁਤ ਸਾਰੇ ਜਿਹੜੇ ਮੈਂਬਰ ਨੇ, ਪੋਲਿੰਗ ਦੇ ਏਜੰਟ ਨੇ, ਪੋਲਿੰਗ ਪਾਰਟੀਆਂ ਨੇ, ਉਹ ਇੱਥੋਂ ਅੱਜ ਰਵਾਨਾ ਹੋਣਗੀਆਂ ਅਤੇ ਕੱਲ੍ਹ 15 ਅਕਤੂਬਰ ਨੂੰ ਜਿਹੜੀ ਪੋਲਿੰਗ ਹੈ ਉਹ ਹੋਵੇਗੀ। ਪ੍ਰਸ਼ਾਸਨ ਅਧਿਕਾਰੀ ਵੀ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ, ਆਪਣੀਆਂ ਜੋ ਡਿਊਟੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਡਿਊਟੀਆਂ ਦੀ ਨਿਗਰਾਨੀ ਕਰ ਰਹੇ ਨੇ। ਸਮਾਨ ਲੈ ਕੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਪੋਲਿੰਗ ਪਾਰਟੀਆਂ। ਤਾਂ ਸਰ ਕੀ ਨਾਮ ਹੈ ਜੀ ਤੁਹਾਡਾ? ਹਰਬੀਰ ਸਿੰਘ। ਹਰਬੀਰ ਸਿੰਘ ਜੀ, ਕਿਹੜੀ ਜਗ੍ਹਾ ਡਿਊਟੀ ਲੱਗੀ ਤੁਹਾਡੀ? ਬੇਗੇਵਾਲ ਪਿੰਡ 'ਚ। ਬੇਗੇਵਾਲ ਮਜੀਠਾ ਬਲੋਕ ਦੇ? ਹਾਂਜੀ ਮਜੀਠਾ। ਤਾਂ ਇੱਕ ਪੋਲਿੰਗ ਪਾਰਟੀ 'ਚ ਕਿੰਨੇ, 4 ਜਣੇ ਹੁੰਦੇ ਜਾਂ 5 ਜਣੇ? 5 ਮੈਂਬਰ। 5 ਮੈਂਬਰ। ਤਾਂ ਰਾਤ ਉੱਥੇ ਰਹੋਗੇ? ਤੇ ਬਿਲਕੁਲ ਜੀ, ਬਿਲਕੁਲ ਡਿਊਟੀ ਆ, ਰਾਤ ਰਹਿਣਾ ਜੀ ਉੱਥੇ ਰਹਿਣਾ। ਓਕੇ ਓਕੇ। ਤਾਂ ਇਹ ਜਿਹੜਾ ਬੈਲਟ ਬਾਕਸ ਜਿਹੜੀ ਈਵੀਐਮ ਮਸ਼ੀਨਾਂ ਨਹੀਂ ਯੂਜ਼ ਹੁੰਦੀਆਂ ਨੇ ਇਹਦੇ ਵਿੱਚ? ਇਹਦੇ ਵਿੱਚ ਬਕਸਾ ਯੂਜ਼ ਕਰਨ ਲਈ ਉਹਨਾਂ ਨੇ ਹਦਾਇਤਾਂ ਕੀਤੀਆਂ ਸਾਨੂੰ, ਜਿਸ ਤਰ੍ਹਾਂ ਗਾਈਡਲਾਈਨ ਅਸੀਂ ਉਸੇ ਤਰ੍ਹਾਂ ਕੰਮ ਕਰਨਾ। ਹਾਂਜੀ ਹਾਂਜੀ, ਬਿਲਕੁਲ ਬੈਸਟ ਆਫ ਲੱਕ ਜੀ। ਤਾਂ ਇਹ ਸਾਰੀਆਂ ਟੀਮਾਂ ਨੇ ਇੱਥੇ ਰਵਾਨਾ ਹੋ ਰਹੀਆਂ ਨੇ। ਇੱਥੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ ਜੇ ਗੱਲ ਕੀਤੀ ਜਾਵੇ ਤਾਂ ਕੁੱਲ 10 ਬਲੋਕ ਨੇ। ਪੁਲਿਸ ਦੇ ਵੀ ਜਵਾਨ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਸੁਰੱਖਿਆ ਦੇ ਲਈ ਇੱਥੇ ਮੌਜੂਦ ਨੇ। ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ 10 ਬਲਾਕਾਂ ਦੇ ਵਿੱਚੋਂ ਅਜਨਾਲਾ, ਰਮਦਾਸ, ਚੁਗਾਵਾਂ, ਹਰਸ਼ਾ ਛੀਨਾ, ਅਟਾਰੀ, ਵੇਰਕਾ, ਰਈਆ, ਤਰਸਿੱਕਾ ਅਤੇ ਜੰਡਿਆਲਾ ਦੇ ਜਿਹੜੇ ਕੁੱਲ ਇਹਨਾਂ ਦੀਆਂ ਪੰਚਾਇਤਾਂ ਨੇ, 858 ਪੰਚਾਇਤਾਂ ਨੇ ਜਿਨ੍ਹਾਂ ਦੀ ਕੱਲ੍ਹ ਜਿਹੜੀਆਂ ਜਿਨ੍ਹਾਂ ਦੇ ਵਿੱਚੋਂ ਕੁਝ ਪੰਚਾਇਤਾਂ ਜਿਹੜੀਆਂ ਨੇ ਉਹ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਅਤੇ ਕੁਝ ਪੰਚਾਇਤਾਂ ਦੇ ਵਿੱਚ ਜਿਹੜੇ ਕਾਗਜ਼ ਨੇ ਉਹ ਆਪਣੇ ਮੁਕਾਬਲਾ ਜਿਹੜਾ ਹੋਏਗਾ। ਕੁਝ ਪੰਚਾਇਤਾਂ ਅਜਿਹੀਆਂ ਨੇ ਜੋ ਚਲੇ ਗਈਆਂ ਨੇ, ਕੋਰਟ ਦੇ ਵਿੱਚ ਵੀ ਗਈਆਂ ਸੀ। ਤਾਂ ਪੋਲਿੰਗ ਪਾਰਟੀਆਂ ਤੁਸੀਂ ਦੇਖ ਸਕਦੇ ਹੋ ਦਸਤਾਵੇਜ਼ ਲੈ ਕੇ ਇੱਥੋਂ ਜਿਹੜੇ ਨੇ ਰਵਾਨਾ ਹੋ ਰਹੇ ਨੇ। ਚੋਣ ਕਮਿਸ਼ਨ ਦੇ ਵੱਲੋਂ ਜੋ ਜੋ ਗਾਈਡਲਾਈਨਸ ਨੇ ਉਸ ਦੀ ਪੂਰੀ ਇੰਨ ਬਿੰਨ ਪਾਲਣਾ ਜਿਹੜੀ ਕਰਦੇ ਹੋਏ ਸਾਰੀਆਂ ਪੋਲਿੰਗ ਪਾਰਟੀਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਮੈਡਮ ਸਾਕਸ਼ੀ ਸਾਨੀ, ਉਹਨਾਂ ਦੇ ਵੱਲ ਉਹਨਾਂ ਦੀ ਅਗਵਾਈ ਦੇ ਵਿੱਚ
जो आ तीन पिंडा दियाँ जिहड़ियां इत्थे पंचायतां जिहड़ियां ब्लॉक मजीठे दियाँ खरासवाला पतालपुरी पतालपुरी जिहड़े बूथ ने वक्रे वक्रे गौरमेंट एलीमेंटरी स्कूल खरासवाला तां उन्हां दे बूथां दे लई इत्थों पार्टियां जिहड़ियां ने रवाना होणगियां। तां अमृतसर दे इस वक्त असीं भाई भागो कॉलेज के मौजूद हाँ जिथे पोलिंग पार्टियां नू लड़ींदे दस्तावेज जिहड़े ने वह मुहैया करवाए जा रहे हैं। एस डी एम साहब भी इत्थे मौजूद ने, डिप्टी कमिश्नर की जे गल की जाए मैडम साक्षी सानी, वो लगातार वक् वक् ब्लॉकों के जितों पोलिंग पार्टियां ने वो एडम ब्लॉक के जिहड़ियां रवाना कीतियां जा रही ने। अमृतसर की जो सुरक्षा की गल की जाए तो अमृतसर के एस एस पी जिहड़े ने सरदार चरणजीत सिंह गुणी सोहल साहब, उन्होंने चरणजीत सिंह सोहल उन्होंने वालों सुरक्षा के लिए भी जिहड़े लोड़ींदे इंतजाम ने किए गए हैं। पोलिंग पार्टियां जिथे भी जाणगियां उत्थे पुलिस फोर्स भी जिहड़ी है वो तैनात की गई है। कुछ पिंड सेंसिटिव ने, पिछले रिकॉर्ड के आधार के उत्ते जे गल की जाए तो सेंसिटिव जिहड़े बूथ ने उन्हां सेंसिटिव बूथ के उत्ते एक्सट्रा फोर्स जिहड़ी है वह भी डिप्यूट की जाएगी, तो उन्होंने भी इस तरह ही नाल ही जिहड़ा है डिप्यूट किया जाएगा। इस तों अलावा जे गल की जाए तो कुछ जिहड़े बूथ ने ज़्यादा सेंसिटिव उत्थे एक्सट्रा फोर्स जिहड़ी ने उत्थे अधिकारियों की ड्यूटियां बकायदा तौर पर लाइया जाणगियां, तां पुलिस फोर्स की भी ड्यूटी जिहड़ी है वह नालों नाल लाई जा रही है। सामने तस्वीरां दे विच देख सकदे हो तुसीं कि जिहड़ियां इत्थों सारे समान ने जिहड़ा चोण कमिशन वालों जिवें हदायतां जारी कीतियां ने वह लैके इत्थों सारे रवाना हो रहे हैं। तो हुण असीं दस दिंदे हां तुहानूं कि अमृतसर के अजनाला ब्लॉक के अजनाला हल्के के अधीन अजनाला ब्लॉक है उसदियां 76 पंचायतां ने। इस तों अलावा अजनाला हल्के का ही ब्लॉक है रमदास जिते 75 पंचायतां ने। इस तों अलावा चौगावां दे विच 109, हर्षा शीना दे विच 80, ये दोवें ब्लॉक जिहड़े ने उह राजासांसी विधानसभा हल्के दे ने। इस तों अलावा जे गल कीती जावे अटारी दी तां 69 पंचायतां अटारी विधानसभा हल्के दे अटारी ब्लॉक दे अधीन पैंदियां ने। इस तों अलावा वेरका दे विच 85, रैया ब्लॉक दे विच 99, तरसिक्का ब्लॉक दे विच 93, ते जंडियाला गुरू दे विच 59, ते मजीठा हल्के दे विच 113 दे करीब पंचायतां जिहड़ियां ने ब्लॉक दे विच, ते 113 पंचायतां जिहड़ियां ने उह इत्थे उहनां दे विच पोलिंग जिहड़ी है होवेगी। तां जे कुल जिहड़े नामजदगी दी वी तुहानूं दस दिंदे आ कि किहड़े किहड़े ब्लॉक दे विच किन्ने किन्ने जिहड़े उम्मीदवार ने उह चोण मैदान दे विच ने। जो सानूं चोण कमिशन वल्लों जानकारी मिली है उस मुताबक जे मजीठ सब तो पहला गल की जाए अजनाला ब्लॉक की, तो अजनाला ब्लॉक के जिहड़े सरपंच के कैंडीडेट ने 283 उम्मीदवार सरपंच दे लई चोण मैदान दे विच ने, ते 1013 उम्मीदवार जिहड़े ने उह जिहड़े ने मैंबर पंचायत दे लई चोण मैदान दे विच ने। इस तों अलावा रमदास की जे गल की जाए तो रमदास दियां जे 75 पंचायतां ने रमदास ब्लॉक दियां तो उन्हां दे विचों 296 उम्मीदवार जिहड़े ने उह सरपंची दे लई चोण मैदान दे विच ने, ते 965 उम्मीदवार जिहड़े ने उह मैंबर पंचायत दे लई चोण मैदान दे विच ने। तां इसे तरह ही चगावां ब्लॉक दियां 109 पंचायतां दे विचों जिहड़े 424 सरपंची दे उम्मीदवार ने जिहड़े चोण मैदान दे विच ने, ते 1514 मैंबर पंचायत दे उम्मीदवार जिहड़े ने उह चोण मैदान च ने, जिहड़े अपने किस्मत दी अजमाइश गल करनगे। हर्षा शीना ब्लॉक दे विच 80 पंचायतां दे विच जे गल कीती जावे तां 325 सरपंची दे उम्मीदवार ने जिहड़े चोण मैदान च ने अपनी किस्मत जिहड़ी अजमा रहे ने, ते 1275 जिहड़े ने मैंबर पंचायत दे उम्मीदवार जिहड़े चोण मैदान दे विच ने। वक् वक् सरकारी अदारियां दे विच ड्यूटी करन वाले जिहड़े मुलाजमां दी चोण कमिशन वालों हैल्प लई जांदी है, जिन्हां दी चोण दे लई ड्यूटी लाई जांदी है। अटारी ब्लॉक दियां जिहड़ियां 69 पंचायतां ने इहनां दे विचों ते 264 सरपंची दे उम्मीदवार चोण मैदान दे विच नितरे ने, ते 1158 मैंबर पंचायत ने जिहड़े उह चोण मैदान दे विच ने। वेरका दियां वेरका ब्लॉक दियां 85 पंचायतां दे लई वेरका ब्लॉक दे 405 जिहड़े सरपंची दे उम्मीदवार ने
वो चोन मैदान दे विच ने। ते जे गल की जाए तो मैंबर पंचायत दे लई चार जड़े ने 1486 उम्मीदवार अपने चोन मैदान दे विच नितरे ने। इस जे गल की जाए रैया ब्लॉक दीआं 99 पंचायतां जिहड़ियां ने इन्हां दे लई 396 सरपंची दे उम्मीदवार चोन मैदान दे विच ने ते 1708 मैंबर पंचायत दे वजों जिहड़े चोन मैदान दे विच नितरे ने। इस तों इलावा तरसिका की गल की जाए तो तरसिका ब्लॉक दियां जिहड़ियां 93 पंचायतां ने 93 पंचायतों के 380 सरपंची के उम्मीदवार ने चोण मैदान के 1573 मैंबर पंचायत के उम्मीदवार चोण मैदान के ने। जंडियाला गुरु की गल की जाए तो ब्लॉक दियां 59 पंचायतों ने 59 पंचायतों के लिए 276 सरपंची के उम्मीदवार चोण मैदान नितरे ने। 941 मैंबर पंचायत के उम्मीदवार चोण मैदान ने जिन्हां दे कागज़ नामजदगियों तो बाद पड़ताल करन तो बाद दुरुस्त पाए गए सी। ते अखीरला ब्लॉक जिहड़ा है मजीठा ब्लॉक है जिथे कुल 113 पंचायतों ने, वड्डा ब्लॉक है ते 474 सरपंची के उम्मीदवार जिहड़े ने चोण मैदान च ने। 1840 मैंबर पंचायत जिहड़े उम्मीदवार ने चोण मैदान दे विच ने जिन्हां दे कागज़ दुरुस्त पाए गए। कुल अमृतसर जिले के 10 ब्लॉक ने जिहड़े इन्हां दीआं 858 पंचायतों के लिए कुल 3523 जिहड़े सरपंची के उम्मीदवार ने चोण मैदान दे विच ने। 13473 उम्मीदवारां दी जिहड़ी किस्मत है वह कल बॉक्सिस दे विच कैद हो जाएगी ते कल ही जिहड़ी गिनती मौके ते ही हो जाणी है ते कल ही पता लग जाएगा कि किस पिंड दे विचों जित दा सिरा किस दे सिर बन्निया जांदा है, कौन सरपंच बनदा है ते किहड़ा किस्मत जिहड़ी है उसका साथ नहीं दिंदी। दस देना चाहुंदे आ कि कुल जिहड़े कागज़ भरे सीगे 3770 उम्मीदवार जिहड़े इच्छुक सी सरपंची दे लई 858 पंचायतों के 3770 उम्मीदवार ने कागज़ दाखिल करवाए सी। 14860 सरपंची मैंबर पंचायत के उम्मीदवार ने अपनी किस्मत अजमाई सी पर जिहड़े कागज़ रद्द होए क्योंकि बहुत सारे दस्तावेज मुकम्मल ना होण करके जदों पड़ताल की गई तो 247 सरपंची के उम्मीदवार के नामजदगी पत्र जिहड़े सी रद्द हो गए सी। 1387 जिहड़े मैंबर पंचायत के लिए उम्मीदवार से उन्होंने नामजदगी पत्र रद्द हो गए सी। ते इस तों इलावा इस तों बाद जो पड़ताल हुई तो 5 तरीक नूं जिहड़ी पड़ताल हुई सी इस तों बाद जिहड़े योग पाए गए उम्मीदवार से उन्होंने 3523 सरपंची के उम्मीदवार 13473 मैंबर पंचायत के उम्मीदवार जिहड़े सी उन्हां दे कागज़ दुरुस्त पाए गए सी। तां इह सारियां पोलिंग पार्टियां ने पंजाब रोडवेज़ दियां बसां जिहड़ियां ने जां निजी बस ऑपरेटरां दे ट्रांसपोर्टरां दे कोलों चोण कमिशन दे ने जिहड़ी हैल्प लई है। तो यह सारिया पोलिंग पार्टियां जिहड़ियां ने अज शाम हुण इत्थों रवाना हो रही ने सारी गाइडलाइनस जिहड़ियां ने क्योंकि इस तों पहलां जिहड़े उच्च अधिकारी ने जां चोण कमिशन वल्लों जिन्हां डिप्यूट किया गया तहसीलदार पद्धर के अधिकारी जां SDM पद्धर के अधिकारी उन्होंने बकायदा सारे चोण पार्टियां जिहड़ियां ने इन्हां दे जिहड़े हर जिहड़ा बूथ है हर पंचायत का रिटर्निंग अधिकारी है उन्हां दे नाल बकायदा तौर पर मीटिंग की। मीटिंग करके जिहड़ी आ उन्हां नूं सारियां गाइडलाइनस जारी कीतियां कि किहड़ियां-किहड़ियां हदायतां की पालना करनी है तो कि जिहड़ियां गाइडलाइनस ने उसके मुताबिक चोण प्रक्रिया नूं निपरे चढ़ाउणा है। तो यह सारिया गाइडलाइनस जिहड़ियां ने सांझियां कीतियां गईयां ने। उस तो बाद लंबा मीटिंग्स का दौर है उस तो बाद मीटिंग तो बाद सारा समान जिहड़ा है जिहड़ा पंचायती सूची बकायदा तौर के उत्ते हर पिंड कित्थे कित्थे कि ड्यूटी लगी है तो वह सारिया सूचियां सांझियां कीतियां गईयां ने ते सारिया दस्तावेज दे के हुण शाम हुण जिहड़ी ड्यूटी है अज शाम क्योंकि सवेरे तड़के ही पोलिंग जिहड़ी आ अर्ली सुबह शुरू हो जानी है पिंडां दे विच पोलिंग तो इस करके पंचायतां जिहड़े पोलिंग पार्टियां ने रात नूं ही अपनियां जिहड़ी इहनां दी जिथे जिथे ड्यूटी लगी डेस्टिनेशन है उत्थे पहुँच जाणगियां ते उत्थे सवेरे कल जदों पोलिंग शुरू होएगी सारा दिन उत्थे रहणगियां। तो दूसरे पासे जे सुरक्षा की गल की जाए तो अमृतसर देहाती जिले दे विच क्योंकि कुछ पंचायतां अजिहियां ने जिहड़ियां अमृतसर शहर दे विच लगदियां ने जिवें नॉर्थ हल्के दियां कुछ 7 पंचायतां ने अमृतसर दे केंद्रीय हल्के दियां 3 पंचायतां ने जां अमृतसर दे जिहड़ा पछमी हल्का है कुछ पंचायतां उच वी हुंदियां ने तां उत्थे कुछ पंचायतां दी जिम्मेवारी अमृतसर कमिश्नरेट पुलिस दे कोल है। गुरप्रीत सिंह भुल्लर जिहड़े पुलिस कमिश्नर ने अमृतसर साहिब दे उन्हां ने जो सानूं जानकारी दित्ती है कि सुरक्षा दे पुख्ता इंतजाम कर ले गए ने और बकायदा पेट्रोलिंग पार्टियां भी बना दित्तियां गईयां ने। इस तों इलावा
बॉर्डर रेंज के जिहड़े डी आई जी सतिंदर सिंह ने उन्होंने साडी गलबात हुई तो उन्होंने कहा है कि एस एस पी चरणजीत सिंह सोहल की अगवाई दे विच जिहड़ियां टीमां ने वो डिप्यूट कर दित्तियां गईयां ने बहुत सारे सेंसिटिव पॉइंट्स ने उन्होंने भी उन्होंने बारे भी जानकारी इकट्ठी की गई है तो उत्थे एक्सट्रा फोर्स जिहड़ी है लाई गई है और हर बूथ के उत्ते जिहड़ी ने पोलिंग पुलिस जिहड़ी है तैनात रहेगी। जिहड़े अधिकारी ने एस पी पद्धर के अधिकारी या डिप्टी पद्धर के अधिकारी वह लगातार पट्रोलिंग करनगे और लगातार मार्च उन्होंने वालों किया जाएगा तो मार्च करन तो बाद जिथे भी एक्सट्रा फोर्स जिहड़ी है वो क्योंकि रिजर्व फोर्स भी जिहड़ी है वो पुलिस लाइन के विच रिजर्व करके रखी गई है ता कि किसी भी किस्म की जिहड़ी है अणसुखावी घटना ना वापरे और लॉ एंड ऑर्डर की स्थिति मेनटेन रहे। हालांकि पंजाब दे विच जे गल की जाए तो आम आदमी पार्टी की सरकार है पर विरोधी धिर की गल की जाए तो कांग्रेस के अकाली दल के जिहड़े मैंबर ने अकाली दल के जिहड़े आगू ने जां अकाली दल दे धिरां ने इन्हां दे जिहड़े आगू पंचायती चोणां च हिस्सा लै रहे हैं। हालांकि सिंबल जिहड़ा है किसी भी पार्टी का इस विच इस्तेमाल नहीं हो रहा पर फिर भी सारे आगू आपो अपने जिहड़े साथी ने आपो अपनी पार्टियां दे जिहड़े उम्मीदवार ने उन्हां जितोण दे लई जोर अजमाइश जिहड़ी है उन्हां दे वल्लों बकायदा तौर दे उत्ते की गई है। पिछले दिनों दे विच चोण प्रचार जिहड़ा किया गया ते चोण प्रचार हुण बीते कल तो जिहड़ा समाप्त होण तो उपरंत हुण प्रीख्या की घड़ी बिल्कुल सिर ते आण पई है ते 15 अक्तूबर नूं पंजाब दे विच जिहड़ियां पंचायती चोणां ने होणगियां ते कल हर एक पिंड नूं आपो अपना जिहड़ा सरपंच है मिल जाएगा। कुछ पंचायतां जरूर जिहड़ियां मानयोग पंजाब एंड हरियाणा हाई कोर्ट दे विच गईयां सी जिथे उन्हां ने जाके कुछ इतराज़ किया सी ते जिहड़ी पंचायती चोणां ने उत्थे हुण अगले चोणां मुताबक मानयोग पंजाब एंड हरियाणा हाई कोर्ट दे हुकम मुताबक होणगियां पर जिहड़ियां पंचायतां दियां सारी दस्तावेज कागजी कार्रवाई मुकम्मल हो गई है जिथे सब कुछ प्रक्रिया जिहड़ी है वह नेपरे चढ़ गई है उत्थे अमृतसर जिले के 858 जिहड़ियां पंचायतां ने उत्थे कल हुण पंचायत चोण कमिशन के दिशा निर्देशों मुताबक पंचायती चोणां जिहड़ियां ने वह कल हो जाणगियां तां पोलिंग पार्टियां जिहड़ियां ने आपो अपनी डेस्टिनेशन दे रवाना हो रही ने। सर की नाम है जी तुहाडा? रजिंदर सिंह जी। रजिंदर सिंह जी किहड़े पिंड ड्यूटी लगी तुहाडी? नागखुरद जी। नागखुरद ना मजीठा कॉन्स्टिट्यूएंसी। हाँ जी हाँ जी। सर पोलिंग पार्टी के विच किन्ने जिहड़े टीम के विच किन्ने मुलाजम शामिल ने? पांच जी। पांच जी तुहाडे तों अलावा होर किहड़े किहड़े? मेरे तो अलावा दो दो मैडम तो दो सरदार जी। जी और मुख ए टीम दे शामिल कौन कौन होंगे? मुख चोण अधिकारी पोलिंग पार्टियां ने जिहड़ियां रवाना हो रहियां ने असीं गलबात सारयां दे नाल जाणांगे कि जिहड़े पहलां भी जिहड़े ने इत्थे ड्यूटी शायद कर चुके होण तां देख सकदे हो। सर की नाम है तुहाडा? मेरा नाम हरपाल सिंह। हरपाल सिंह जी पहले भी ड्यूटी की पंचायती? बिल्कुल बिल्कुल जी। पहले भी की चोणां च की लोक सभा दे विच विधानसभा दे विच तां सर ये बैल्ट पेपर यूज होणगे इहदे विच? हाँ जी हाँ जी। इस दे विच सानूं समझा दे। वार्ड वाइज वक्खरे ने सरपंच दे वक्खरे ने। ओके जिहड़े साडे ओह 5 वार्ड ने। किहड़ा पिंड तुहाडा? ਸਾਡਾ ਪਿੰਡ ਤੇ ਦਰਮੈਤਾ ਰੋਡ ਤੇ ਆ ਪਰ ਅਸੀਂ ਚਾਚੋ ਵਾਲੀ ਜਾ ਰਹੇ ਹਾਂ। ਚਾਚੋ ਵਾਲੀ ਜਾ ਰਹੇ ਹਾਂ। ਚਾਚੋ ਵਾਲੀ ਪੋਲਿੰਗ ਹੋਣੀ ਆ ਨਾ? ਨਹੀਂ ਮੈਂ ਉਹ ਪੁੱਛਿਆ ਜਿੱਥੇ ਪੋਲਿੰਗ ਹੋਣੀ ਆ। ਪੋਲਿੰਗ ਚਾਚੋ ਵਾਲੀ। ਚਾਚੋ ਵਾਲੀ ਮੈਂ ਸਾਰੇ ਇਹ ਜਾਣਨਾ ਚਾਹੁੰਦਾ ਤੁਹਾਨੂੰ ਇੱਥੇ ਇਹਨਾਂ ਨੇ ਕੀ ਦਿੱਤਾ ਸਾਮਾਨ ਜੀ? ਵੇਖੋ ਸਾਮਾਨ ਤਾਂ ਸਾਰਾ ਪ੍ਰੋਵਾਈਡ ਕੀਤਾ ਪਰ ਇਹਨਾਂ ਦੀ ਹਾਲਤ ਬੜੀ ਖਸਤਾ ਹੈਗੀ। ਓਕੇ ਇਹ ਜੇ ਤੁਸੀਂ ਅੱਜ ਖੋਲ੍ਹ ਕੇ ਦਿਖਾ ਦਿਓ ਜਦ ਅੱਧੇ ਘੰਟੇ ਤੋਂ ਬਾਅਦ ਪਹਿਲਾਂ ਖੋਲ੍ਹ ਲਓਗੇ ਤਾਂ ਰੱਖੇ ਤੁਸੀਂ ਖੋਲ੍ਹ ਕੇ ਦੇਖ ਲਓ 2 ਮਿੰਟ ਤਜਰਬਾ ਹੋ ਜਾਏਗਾ ਬੜਾ ਵਧੀਆ ਰਹੇਗਾ। ਖਸਤਾ ਹਾਲਤ ਦੇ ਵਿੱਚ ਬੜੀ ਖਸਤਾ ਹਾਲਤ ਹੈਗੀ ਕਿਉਂਕਿ ਇਹ ਦੇਖੋ ਜੀ ਇਹਦੇ ਉੱਤੇ ਡੀਜ਼ਲ ਦੀ ਸਪਰੇਅ ਕੀਤੀ ਹੋਈ ਆ ਤੁਸੀਂ ਹੱਥਾਂ 'ਚੋਂ ਸਮੈਲ ਵੇਖੋ ਬੜਾ ਮੰਦਾ ਹਾਲ ਹੈ। ਤੁਹਾਡੇ ਕਹਿੰਦਾ ਮਤਲਬ ਕਿ ਵੋਟਾਂ ਇਹਦੇ 'ਤੇ ਡੀਜ਼ਲ ਜਿਹੜਾ ਸਪਰੇਅ ਕਿਉਂ ਕੀਤਾ ਗਿਆ ਜੀ? ਖੁੱਲ੍ਹ ਜਾਏ ਤਾਂ ਇਹ ਨਹੀਂ ਖੁੱਲ੍ਹ ਜਾਏ ਜੀ ਅਸੀਂ ਸੁੰਘਦੇ ਰਹੀਏ ਸਾਰੀ ਰਾਤ।
क्योंकि वैसे इन्होंने इस्तेमाल हम पंचायती चोणा च ही होंगे होर तो कि नहीं पंचायती चोणा च होगा मतलब निरपक्ष करावे कोई प्रशासन को किसी तरह का कोई इतराज नहीं होगा ना पिंड वाले होएगा दुध का दुध पानी का पानी टीम दे विच सानू दस सकदे हो प्रेजाइडिंग अफसर ने पोलिंग अफसर सारे किन्ना स्टाफ हुंदा और किहड़े किहड़े हुंदे ने प्रेजाइडिंग अफसर है जी ये साढ़े हॉकी दे इंटरनेशनल प्लेयर ने नाल ए पी आर ओ ने नाल साढ़े तीन मैंबर होर ने वो पोलिंग स्टाफ है सारा जी 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 शामी सवेरे 8 to 4 बजे तक ठीक है जी वोटर लिस्ट मिल गई कि उत्थे मिल गई जी मिल गई सारा कुछ मिल गया सामान सारा प्रोवाइड हो गया जी ठीक है खाना पानी खा लिया ओके जी ते फोर्स जेड़ी है जेड़ी ਤੁਹਾਨੂੰ ਨਾਲ ਡਿਪਿਊਟ ਕਰਨੀ ਉਹ ਇੱਥੋਂ ਹੀ ਜਾਏਗੀ ਨਾਲ ਬਾਹਰ ਖੜੀ ਆ ਜੀ ਤੁਹਾਡੀ ਉਹ ਵੀ ਤੁਹਾਡੇ ਨਾਲ ਹੀ ਉਹਨਾਂ ਦੇ ਨਾਲ ਹੀ ਜਾਵਾਂਗੇ ਨਾਲ ਹੀ ਉਹਨਾਂ ਦੇ ਵਾਪਸ ਆਵਾਂਗੇ ਓਕੇ ਤੁਹਾਡਾ ਸ਼ੁਭ ਨਾਮ ਕੀ ਸਰ ਪਰਮਜੀਤ ਸਿੰਘ ਜੀ ਪਰਮਜੀਤ ਜੀ ਵੈਸੇ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਉਹਦਾ ਹਾਕੀ ਦੇ ਪਲੇਅਰ ਹੋ ਹਾਂਜੀ ਹਾਂਜੀ ਸਰ ਵੈਰੀ ਗੁੱਡ ਤਾਂ ਇਸ ਤੋਂ ਪਹਿਲਾਂ ਤੁਹਾਡੀ ਫਸਟ ਟਾਈਮ ਡਿਊਟੀ ਲੱਗੀ ਜਾਂ ਪਹਿਲਾਂ ਵੀ ਲੱਗੀ ਹੈ ਨਹੀਂ 2017 ਤੋਂ ਲਗਾਤਾਰ ਕਰ ਰਹੇ ਹਾਂ 2017 ਤੋਂ ਲਗਾਤਾਰ ਨਹੀਂ ਪਹਿਲਾਂ ਫਿਰ ਵਿਧਾਨ ਸਭਾ ਲੋਕ ਸਭਾ ਜੀ ਕੀਤੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਦੋ ਵਿਧਾਨ ਸਭਾ ਭਗਤਾਈਆਂ ਹੋਣੀਆਂ ਦੋ ਲੋਕ ਸਭਾ ਬਿਲਕੁਲ ਜੀ ਇੱਕ ਪੰਚਾਇਤੀ ਚੋਣ ਨਾ ਹਾਂਜੀ ਸਰ ਤਾਂ ਤੁਸੀਂ ਤੇ ਐਜ਼ ਅ ਨੌਜਵਾਨ ਹੋ ਵੈਸੇ ਕਿਹੜੇ ਪਿੰਡ ਤੋਂ ਤੁਸੀਂ ਪਿੰਡ ਪਾਖਰਪੁਰਾ ਜੀ ਸਰ ਪਾਖਰਪੁਰਾ ਜੀ ਪਾਖਰਪੁਰਾ ਹੁਣ ਮੈਂ ਇੱਕ ਇਹ ਵੀ ਜਾਨਣਾ ਚਾਹੁੰਦਾ ਕਿ ਜਿਹੜੀ ਤੁਹਾਡੀ ਵੋਟ ਹੈ ਜੇ ਤੁਸੀਂ ਪਾਉਣੀ ਚਾਹੋ ਤਾਂ ਤੁਸੀਂ ਤੁਹਾਨੂੰ ਰਾਈਟਸ ਮਿਲਿਆ ਇਸ ਸੰਬੰਧੀ ਕੋਈ ਬਦਲ ਨਹੀਂ ਸਾਨੂੰ ਦਿੱਤਾ ਇਹਨਾਂ ਨੇ ਅੱਛਾ ਹਾਂ ਕਿਉਂਕਿ ਅਸੀਂ ਤਾਂ ਉੱਥੇ ਹੋਣਾ ਵਾ ਕੋਈ ਪੋਸਟਲ ਬੈਲਟ ਜਿਹੜੇ ਉਹ ਜਾਰੀ ਨਹੀਂ ਕੀਤੇ ਕਿ ਅਸੀਂ ਆਪਣੀ ਵੋਟ ਪਾ ਸਕੀਏ ਹਾਂ ਕਿਉਂਕਿ ਚੰਦ ਦਿਨਾਂ 'ਚ ਆ ਗਈ ਹੈ ਨਾ ਉਹਦੇ ਤਾਂ ਇਲੈਕਸ਼ਨ ਚੰਦ ਦਿਨਾਂ 'ਚ ਹੋਣ ਕਰਕੇ ਫਿਰ ਸਾਨੂੰ ਪੋਸਟਲ ਬੈਲਟ ਕੋਈ ਜਾਰੀ ਨਹੀਂ ਹੋਏ ਵੈਸੇ ਕਹਿ ਰਹੇ ਸੀ ਚੋਣ ਅਧਿਕਾਰੀ ਕਿ ਸ਼ਾਇਦ ਤੁਹਾਨੂੰ ਇਹ ਸੁਵਿਧਾ ਦਿੱਤੀ ਗਈ ਹੈ ਕਿ ਵੋਟਿੰਗ ਜਿਹੜੀ ਹੈ ਉਹ ਤੁਸੀਂ ਆਪਣੀ ਕਰ ਸਕਦੇ ਹੋ ਨਹੀਂ ਐਵੇਂ ਦੀ ਕੋਈ ਨਹੀਂ ਹੈ ਸਾਡੇ ਤੱਕ ਜਿਹੜੇ ਰਿਟਰਨਿੰਗ ਅਧਿਕਾਰੀ ਨੇ ਉਹਨਾਂ ਨੂੰ ਜਾ ਕੇ ਤੁਸੀਂ ਦੇ ਸਕਦੇ ਹੋ ਕਿ ਨਹੀਂ ਇਸ ਤਰ੍ਹਾਂ ਦੀ ਨਹੀਂ ਹੋਈ ਨਹੀਂ ਅਜੇ ਤੱਕ ਤਾਂ ਕੋਈ ਐਵੇਂ ਦੀ ਸੁਵਿਧਾ ਨਹੀਂ ਆ ਬਾਕੀ ਉੱਥੇ ਕੱਲ੍ਹ ਦੇ ਦਿਨ 'ਚ ਲੱਗ ਜਾਏਗਾ ਪਤਾ ਕੀ ਬਣਦਾ ਓਕੇ ਤੇ ਜਿਹੜੇ ਬੈਲਟ ਬਾਕਸ ਨੇ ਇਹ ਕਾਫੀ ਪੁਰਾਣੇ ਨੇ ਪੁਰਾਣੇ ਜਿਹੜੀਆਂ ਪਹਿਲਾਂ ਤੁਹਾਨੂੰ ਯਾਦ ਹੋਣੀਆਂ 2002 ਤੋਂ ਪਹਿਲਾਂ ਜਿਹੜੀਆਂ ਸਾਰੀ ਇਹੋ ਹੀ ਹੁੰਦੀਆਂ ਸੀ ਬਿਲਕੁਲ ਬਿਲਕੁਲ ਤੇ ਮੈਨੂੰ ਲੱਗਦਾ ਖੁੱਲੇ ਵੀ ਉਦੋਂ ਦੇ ਹੀ ਆ ਕਿਤੇ ਓਕੇ ਤਾਂ ਬਿਲਕੁਲ ਪੰਜਾਬੀ ਚੋਣਾਂ ਦੇ ਵਿੱਚ ਜਿਹੜੇ ਬਾਕਸ ਨੇ ਤੁਸੀਂ ਦੇਖ ਸਕਦੇ ਹੋ ਅਸੀਂ ਦਿਖਾ ਸਕਦੇ ਹਾਂ ਇਹ ਬਾਕਸ ਕਾਫੀ ਹੈਵੀ ਬਾਕਸ ਨੇ ਔਰ ਜਿਹੜੀਆਂ ਪਹਿਲਾਂ ਜੇ ਗੱਲ ਕੀਤੀ ਜਾਵੇ ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਹੋਣ ਤਾਂ ਕਾਫੀ ਵਜ਼ਨੀ ਹੈ ਤਾਂ ਕਿਉਂਕਿ ਇਹਦਾ ਮਜ਼ਬੂਤ ਹੋਣਾ ਇਸ ਕਰਕੇ ਜ਼ਰੂਰੀ ਹੁੰਦਾ ਹੈ ਕਿ ਪੁਰਾਣੇ ਜ਼ਮਾਨੇ ਪਹਿਲਾਂ ਜਿਹੜੀ ਇਸ ਜਗ੍ਹਾ ਦੇ ਉੱਤੇ ਜਿਹੜੀ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਵੀ ਹੁੰਦੀਆਂ ਰਹੀਆਂ ਸੀ ਕਿ ਇਸ ਨੂੰ ਤੋੜ ਨਾ ਸਕੇ ਕੋਈ ਤਾਂ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਹੁਣ ਤਾਂ 2 ਦਹਾਕਿਆਂ ਤੋਂ ਈ ਵੀ ਐਮ ਮਸ਼ੀਨਾਂ ਜਿਹੜੀਆਂ ਨੇ ਉਹਨਾਂ ਦਾ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ ਹੈ ਤਾਂ ਈ ਵੀ ਐਮ ਤੋਂ ਹੁਣ ਸਿਰਫ ਇੱਕ ਪੰਚਾਇਤੀ ਚੋਣਾਂ ਅਜਿਹੀਆਂ ਨੇ ਜਿੱਥੇ ਬੈਲਟ ਪੇਪਰ ਦਾ ਇਸਤੇਮਾਲ ਹੁੰਦਾ ਇਸ ਪਾਸੇ ਤਮਾਮ ਸਾਰਾ ਸਟਾਫ ਹੈ ਅਤੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਨੇ ਜਿਹੜੀ ਉਹਨਾਂ ਨੇ ਆਪਣੀ ਗੱਲਬਾਤ ਦੱਸੀ ਕਿ ਵਾਂਝੇ ਰਹਿ ਗਏ ਨੇ ਸਰ ਸਰ ਇੱਕ ਮਿੰਟ ਦੀ ਕੀ ਨਾਮ ਹੈ ਤੁਹਾਡਾ ਜੀ ਜਸਵਿੰਦਰ ਸਿੰਘ ਸਰ ਮੈਂ ਇੱਕ ਹੋਰ ਤੁਸੀਂ ਵੀ ਡਿਊਟੀ ਹੈ ਤੁਹਾਡੀ ਪੋਲਿੰਗ ਪਾਰਟੀ ਦੇ ਵਿੱਚ ਜੀ ਕਿਹੜੇ ਪਿੰਡ ਡਿਊਟੀ ਲੱਗੀ ਹੈ ਸਾਡੀ ਲੱਗੀ ਜੇ ਬੂਥ ਨੰਬਰ ਨਹੀਂ ਵੈਸੇ ਪਿੰਡ ਦਾ ਦੱਸ ਦਿਓ ਕੋਈ ਜੇ ਜ਼ਿਆਦਾ ਦੇ ਪਿੰਡ ਮੈਨੂੰ ਯਾਦ ਡਿਊਟੀ ਲੱਗੀ ਹੈ ਵੈਸੇ ਹੈ ਨਾ ਜਾ ਰਹੇ ਹੋ ਨਾ ਉੱਥੇ ਤੁਸੀਂ ਵੈਸੇ ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੇਰਾ ਗੁਰਦਾਸ ਨੰਗਲ ਜੀ ਗੁਰਦਾਸ ਮੈਂ ਇੱਕ ਹੋਰ ਗੱਲ ਜਾਣਨੀ ਚਾਹ ਰਿਹਾ ਤੁਹਾਡੀ ਵੋਟ ਆਪਣੇ ਪਿੰਡ ਬਣੀ ਹੈ ਜੀ ਤੁਹਾਨੂੰ ਸਹੂਲਤ ਮਿਲੀ ਹੈ ਵੋਟ ਪਾਉਣ ਦੀ ਜਾਂ ਨਹੀਂ ਮਤਲਬ ਜਿਹੜੀ ਤੁਸੀਂ ਵੋਟ ਪਾ ਸਕਦੇ ਕਿ ਨਹੀਂ ਵੋਟਾਂ ਤਾਂ ਬਣੀਆਂ ਸਾਰਿਆਂ ਦੀ ਵੋਟਾਂ ਪਾ ਸਕਦੇ ਵੋਟਾਂ ਕਿਵੇਂ ਪਾ ਸਕਦੇ ਹੋ ਹਾਂਜੀ ਕਿੱਦਾਂ ਪਾ ਸਕਦੇ ਹੋ ਨਹੀਂ ਵੋਟ ਇਹ ਸਾਨੂੰ ਉੱਥੇ ਜਾ ਕੇ ਪੈਣੀ ਨਾ ਜੀ ਜਾ ਕੇ ਪੈਣੀ ਮੈਂ ਕਹਿ ਰਿਹਾ ਕਿ ਮੁਲਾਜ਼ਮਾਂ ਨੂੰ ਇੱਕ ਸਹੂਲਤ ਸੀਗੀ ਉਹ ਇਥੋਂ ਜਿਹੜਾ ਪੋਸਟਲ ਰਾਹੀਂ ਵੋਟ ਆਪਣੀ ਯੂਜ਼ ਕਰ ਸਕਦੇ ਨੇ ਉਹ ਸਹੂਲਤ ਦਾ ਪਤਾ ਹੈ ਜਾਂ ਨਹੀਂ 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 ਪਹਿਲਾਂ ਪੈਂਦੀਆਂ ਸੀਗਾ ਐਕਸੀਡੈਂਟ ਨਾਲ ਕਬੂਤ ਨਹੀਂ ਬਣਿਆ ਮੇਰੇ ਮੇ ਵੀ ਮੈਨੂੰ ਨਹੀਂ ਨਾਲ ਚਲੋ ਕੋਈ ਨਹੀਂ ਬੈਸਟ ਆਫ ਲੱਕ ਜੀ ਤਾਂ ਇਹ ਸਾਰੇ ਜਿਹੜੇ ਮੁਲਾਜ਼ਮ ਨੇ ਜਿਹੜੇ ਜਾ ਰਹੇ ਨੇ ਆਪਾਂ ਆਪਣੀ ਡਿਊਟੀਆਂ ਦੇ ਉੱਤੇ ਅਸੀਂ ਸਾਰਿਆਂ ਨਾਲ ਜਾਂਦੇ ਜਾਂਦੇ ਗੱਲ ਕਰਾਂਗੇ ਕਰ ਰਹੇ ਸਰ ਕੀ ਨਾਮ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਮਨਪ੍ਰੀਤ ਸਿੰਘ ਜੀ ਅਮਨਪ੍ਰੀਤ ਸਿੰਘ ਜੀ ਕਿਹੜੇ ਪਿੰਡ ਦੀ ਡਿਊਟੀ ਹੈ ਤੁਹਾਡੀ ਪੰਗਾਲੀ ਖੁਰਦ ਦੀ ਜੀ ਪੰਗਾਲੀ ਖੁਰਦ ਮਜੀਠੇ ਦਾ ਪਿੰਡ ਹੈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਨਾਕਲਾਂ ਦਾ ਜੀ ਨਾਕਲਾਂ ਦਾ ਮੈਂ ਮਜੀਠੇ ਕੌਂਸ਼ੀਅਸ ਮਜੀਠੇ ਦਾ ਮੈਂ ਇਹ ਜਾਣਨਾ ਚਾਹੁੰਦਾ ਕਿ ਇੱਕ ਅਸੀਂ ਗੱਲ ਨਾਲ ਪੁੱਛ ਰਹੇ ਸੀਗੇ ਬਾਕੀ ਤਾਂ ਸਾਰੀਆਂ ਤਿਆਰੀਆਂ ਨੇ ਤੁਹਾਡੀਆਂ ਸਾਰੀਆਂ ਜਿਵੇਂ ਪੋਲਿੰਗ ਪ੍ਰੈਜ਼ਾਈਡਿੰਗ ਆਫਿਸਰ ਜਾ ਰਹੇ ਨੇ ਪੀ ਆਰ ਓ ਜਾ ਰਹੇ ਨੇ ਜਾਂ ਪੀ ਓ ਜਾ ਰਹੇ ਨੇ ਮੈਂ ਇਹ ਜਾਣਨਾ ਚਾਹ ਰਿਹਾ ਕਿ ਤੁਹਾਨੂੰ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੋਵੇ ਤਾਂ ਨਾਕਲਾਂ ਦੇ ਵਿੱਚ ਕਿਵੇਂ ਕਰ ਸਕਦੇ ਜੀ ਤੁਸੀਂ ਕਿਉਂਕਿ ਤੁਸੀਂ ਡਿਊਟੀ 'ਤੇ ਹੋਣਾ ਜੀ ਹਾਂਜੀ ਤੁਸੀਂ ਕਿਵੇਂ ਵੋਟ ਆਪਣੀ ਪਾਓਗੇ ਇਹਦੇ 'ਚ ਪ੍ਰੋਵੀਜ਼ਨ ਕੋਈ ਨਹੀਂ ਹੈਗੀ ਦੂਜੀਆਂ ਜਿਹੜੀਆਂ ਹੁੰਦੀ ਨਾ ਜੀ ਉਹਦੇ ਵਿੱਚ ਪ੍ਰੋਵੀਜ਼ਨ ਹੁੰਦੀ ਹੈ ਜਿੱਦਾਂ ਐਮ ਐਲ ਏ ਹਾਂਜੀ ਉਹਦੇ 'ਚ ਮਿਲ ਜਾਂਦਾ ਜੀ ਇਹਦੇ 'ਚ ਨਹੀਂ ਮਿਲਿਆ ਸਾਨੂੰ ਪ੍ਰੋਵਾਈਡ ਨਹੀਂ ਕਰਾਇਆ ਗਿਆ ਜੀ ਤੁਸੀਂ ਰਹਿ ਜਾਓਗੇ ਵਾਂਝੇ ਰਹਿ ਜਾਓਗੇ ਵਾਂਝੇ ਰਵਾਂਗੇ ਵੈਸੇ ਇਹ ਗੱਲ ਆ ਰਹੀ ਸੀਗੀ ਜਿਵੇਂ ਇੱਕ ਸੀਨੀਅਰ ਜਰਨਲਿਸਟ ਨੇ ਗੱਲ ਕੀਤੀ ਸੀਗੀ ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਉਹਨਾਂ ਨੂੰ ਕਿਹਾ ਸੀ ਕਿ ਜੇਕਰ ਕੋਈ ਵੋਟ ਪਾਉਣਾ ਚਾਹੇ ਤਾਂ ਉਹਨਾਂ ਨੂੰ ਬੈਲਟ ਜਿਹੜੇ ਪੋਸਟਲ ਬੈਲਟ ਨੇ ਉਹ ਮਿਲ ਜਾਣਗੇ ਪਰ ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਇਸ ਤਰ੍ਹਾਂ ਦੀ ਕੋਈ ਨਹੀਂ ਹੋਈ ਚਲੋ ਤੁਸੀਂ ਇਸ ਤੋਂ
नहीं जी विधानसभा चोणां सिर्फ पंचायती चोणां दे लई पंचायती चोणां जी नहीं जी ओदे च दूजी मशीन हुंदी आ जी इलैक्ट्रॉनिक जिहड़ी ईवीएम जिहनूं कहिंदे जी तां पंचायती चोणां लई इह मशहूर हां जी ओदे विच सानूं डीसी साहब वल्लों मिल जांदा जी असीं ओह दिखा के जिथे साडी ड्यूटी उत्थे पा सकदे हां वोट बट इहदे च कोई प्रोविजन नहीं हैगी जी जिहड़ियां तुसीं इस पिंड लई वोटां करवाउण जा रहे हो सिर्फ पंचायती चोणां दे लई यूज होणगे बिल्कुल जी पंचायती चोणां लई यूज होणगे जी हां जी ਕਿੰਨੇ ਤੁਹਾਨੂੰ ਲੱਗਦਾ ਕਿ ਜਿਹੜੀ ਆਮ ਵੀ ਇਹ ਗੱਲ ਉੱਠਦੀ ਰਹਿੰਦੀ ਕਿ ਈ ਵੀ ਐਮ ਨਾਲੋਂ ਇਹ ਬੈਲਟ ਪੇਪਰ ਬੈਸਟ ਨੇ ਬੈਲਟ ਪੇਪਰ ਰਾਹੀਂ ਵੋਟਿੰਗ ਹੋਣੀ ਨਹੀਂ ਸਰ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਚਲੋ ਬੈਸਟ ਆਫ ਲੱਕ ਜੀ ਠੀਕ ਹੈ ਸਵੇਰੇ ਕਿੰਨੇ ਵਜੇ ਤੁਹਾਡੀ 8 ਤੋਂ 4 ਨੇ ਬੈਸਟ ਆਫ ਲੱਕ ਜੀ ਨਿਰਪੱਖ ਚੋਣਾਂ ਕਰਵਾਓ ਤੁਸੀਂ ਥੈਂਕ ਯੂ ਤਾਂ ਇਹ ਸਾਰੇ ਮੁਲਾਜ਼ਮ ਨੇ ਜਿਹੜੇ ਜਾ ਰਹੇ ਨੇ ਔਰ ਇਸ ਪਾਸੇ ਮੁਲਾਜ਼ਮ ਕੁਝ ਬੈਠੇ ਵੀ ਨੇ ਤਾਂ ਲਗਾਤਾਰ ਅਸੀਂ ਜਿਹੜੀ ਗੱਲਬਾਤ ਅਸੀਂ ਕਰ ਰਹੇ ਹਾਂ ਕਿਉਂਕਿ ਕੱਲ੍ਹ ਲੋਕਤੰਤਰ ਦਾ ਕੱਲ੍ਹ ਇੱਕ ਪਰਵ ਹੈ ਪੂਰੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਵੋਟਿੰਗ ਹੋਣੀ ਹੈ ਕੁਝ ਪੰਚਾਇਤਾਂ ਜ਼ਰੂਰ ਨੇ ਜਿਨ੍ਹਾਂ ਦੇ ਵਿੱਚ ਕੱਲ੍ਹ ਪੋਲਿੰਗ ਨਹੀਂ ਹੋਵੇਗੀ ਕਿਉਂਕਿ ਮਾਨਯੋਗ ਹਾਈਕੋਰਟ ਦੇ ਵਿੱਚ ਉਹਨਾਂ ਦੀ ਪਟੀਸ਼ਨ ਚੱਲ ਰਹੀਆਂ ਨੇ ਤਾਂ ਉਸ ਤੋਂ ਬਾਅਦ ਜੋ ਫੈਸਲਾ ਆਏਗਾ ਤਾਂ ਬਹੁਤ ਸਾਰੇ ਸਵਾਲ ਇੱਥੇ ਇਹ ਵੀ ਉੱਠਦਾ ਹੈ ਕਿ ਜਿਵੇਂ ਪਿਛਲੇ ਦਿਨੀ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਵਾਂਝੇ ਰਹਿ ਜਾਣਗੇ ਵੋਟਿੰਗ ਜਿਹੜੀ ਆਪਣੀ ਵੋਟ ਨਹੀਂ ਪਾ ਸਕਣਗੇ ਕਿਉਂਕਿ ਸਮਾਂ ਥੋੜ੍ਹਾ ਸੀ ਦੱਸਣ ਦੇ ਵਿੱਚ ਜਿਹੜਾ ਉਹਨਾਂ ਨੂੰ ਪਤਾ ਨਹੀਂ ਲੱਗਾ ਤਾਂ ਬਹੁਤ ਸਾਰੇ ਜਿਵੇਂ ਸਰਪੰਚਾਂ ਜਿਵੇਂ ਨਾਕਲਾਂ ਦੇ ਵਿੱਚ ਡਿਊਟੀ ਹੈ ਨਾਕਲਾਂ ਦੇ ਰਹਿਣ ਵਾਲਿਆਂ ਡਿਊਟੀ ਭੰਗਾਲੀ ਖੁਰਦੇ ਹੈ ਤਾਂ ਇਹਨਾਂ ਦਾ ਅਮਨਦੀਪ ਸਿੰਘ ਹੋਣਾ ਦਾ ਕਹਿਣਾ ਸੀ ਕਿ ਜੇਕਰ ਉਹਨਾਂ ਕੋਲ ਪੋਸਟਲ ਬੈਲਟ ਦੀ ਵਿਵਸਥਾ ਹੁੰਦੀ ਤਾਂ ਵੋਟ ਜ਼ਰੂਰ ਇਸਤੇਮਾਲ ਕਰਦੇ ਪਰ ਹੁਣ ਪੋਸਟਲ ਬੈਲਟ ਉਹਨਾਂ ਨੂੰ ਮਿਲ ਨਹੀਂ ਸਕਿਆ ਅਤੇ ਇਸ ਦੀ ਸੁਵਿਧਾ ਇੱਥੇ ਨਹੀਂ ਹੋਣ ਕਰਕੇ ਉਹ ਵੋਟਿੰਗ ਤੋਂ ਮਿਸ ਰਹਿਣਗੇ ਪਰ ਦੂਜੇ ਪਾਸੇ ਪਿੰਡਾਂ ਦੇ ਵਿੱਚ ਜਿਹੜੀ ਵੋਟਿੰਗ ਪੈਣੀ ਹੈ ਉਸ ਲਈ ਤਿਆਰੀਆਂ ਮੁਕੰਮਲ ਨੇ ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ दैनिक सवेरा और फॉक्स वैकन जालंधर के गुरु गोबिंद सिंह स्टेडियम में करवाने जा रहे हैं ऑटो एक्सपो 2024 जिसमें आपको मिलेंगी लग्जरी कार्स बाइक्स किड जोन्स फूड जोन्स लाइव परफॉर्मेंस फ्री मेहंदी और फ्री नेल आर्ट्स 18, 19 और 20 अक्टूबर को समय दोपहर 12 से रात 8 बजे तक आप सभी 18 से 20 अक्टूबर तक चलने वाले इस ऑटो एक्सपो में जरूर पहुंचें। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।